ਸ਼ੰਭੂ ਤੋਂ ਦੀਪ ਸਿੱਧੂ ਆਇਆ ਕਿਉਂਕਿ ਖੰਨੇ ਬਹੁਤ ਵੱਡਾ ਜਾਮ ਸੀ ਇਹ ਉੱਥੇ ਫਸ ਗਿਆ ਆ ਚੁੱਕਿਆ ਹੋਇਆ ਪੀੜਾ ਜਸਵੰਤ ਕਮਲ ਨੇ ਲਿਖਿਆ ਸੀ ਇੰਨਿਆਂ ਚੋਂ ਉੱਠੋ ਸੂਰਮਾ ਉਹ ਮੰਜੇ ਤੇ ਪਿਆ ਮਰਦਾ ਖੁਰਦਾ ਪੰਜਾ ਕੋਈ ਮਾਈ ਦਾ ਲਾਲ ਉੱਠਦਾ ਖੜਾ ਕਰੋ ਉਹ ਇਉਂ ਵਾਸਤੇ ਧਾਹਾਂ ਮਾਰ ਰਿਹਾ ਆ ਲਓ ਸੁਣਿਓ ਦੀਪ ਸਿੱਧੂ ਮੈਂ ਧੰਨਵਾਦ ਕਰਦਾ ਰਿਸ਼ਪਾਲ ਸਿੰਘ ਮੁੱਲਾ ਭਰਜੂ ਇਸੇ ਤੋਂ ਜਿਹਨੇ ਇਹਨਾਂ ਨਾਲ ਰਾਬਤਾ ਬਣਾ ਰਹੇ ਸੀ ਮੇਰਾ ਵੀ ਢਾਡੀ ਧੰਨਵਾਦ ਕਰਦਾ ਸੰਤ ਬਾਬਾ ਜਗਜੀਤ ਸਿੰਘ ਲੁੱਪ ਵਾਲਿਆਂ ਦਾ ਉਹ ਵੀ ਹਾਜ਼ਰੀ ਲਵਾਉਂਦੇ ਆ ਸਾਰੀਆਂ ਪਾਲਟੀਆਂ ਦੇ ਨੁਮਾਇੰਦੇ ਇੱਥੇ ਆ ਕੇ ਕਿਸਾਨ ਬਣ ਕੇ ਬੈਠਿਆ ਲੋ ਦੀਪ ਸਿੱਧੂ ਨੂੰ ਸਰਵਣ ਕਰਿਓ ਹਾਂਜੀ ਬਲਾਵਾਂ ਬਲਾਵਾਂ ਬਾਬਾ ਜੀ ਬਲਾਵਾਂ ਹਾਂਜੀ ਸ਼ਾਂਤੀ ਬਣਾਈ ਰੱਖੋ ਜੀ ਸਭ ਤੋਂ ਮੇਨ ਗੱਲ ਹੈ ਜੋ ਕਮੇਟੀ ਦੀ ਉਹ ਇਹ ਆ ਹੈਲੋ ਦੀਪ ਸਿੱਧੂ ਬੋਲਦਾ ਸੰਗਤ ਸਾਰੀ ਬਹਿ ਜੇ ਚਾਰ ਵੱਜਣ ਵਾਲੇ ਆ ਪਰ ਸਾਡੇ ਮੈਨੂੰ ਲੱਗਦਾ ਚਾਰ ਹਜੇ ਨਹੀਂ ਵੱਜਣੇ ਬਹਿ ਜਾਓ ਨਹੀਂ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਆਪਾਂ ਦੀਪ ਬਾਈ ਦੀਆਂ ਵਿਚਾਰਾਂ ਸੁਣਨੀਆਂ ਲੱਖੇ ਦੀਆਂ ਸੁਣੀਆਂ ਪਰ ਸ਼ਾਂਤੀ ਨਾਲ ਬਹਿ ਜਾਓ ਬਾਈ ਮੁੱਦਾ ਨਾ ਬਣਾਓ ਕੋਈ ਇੱਥੇ ਕਿਤੇ ਨਾ ਹੋਵੇ ਅੱਜ ਦੀ ਆਪਣੀ ਰੋਸ ਰੈਲੀ ਨੂੰ ਭੰਗ ਕਰਨ ਦੇ ਵਾਸਤੇ ਜਿਹੜੀਆਂ ਸਾਜ਼ਿਸ਼ਾਂ ਸੀਗੀਆਂ ਉਹ ਕਾਮਯਾਬ ਹੋ ਜਾਣ ਬੇਨਤੀ ਆ ਬਾਈ ਜੀ ਬਣ ਕੇ ਜੇ ਤੁਸੀਂ ਇਸ ਮੰਚ ਨੂੰ ਪਿਆਰ ਕਰਦੇ ਹੋ ਤਾਂ ਬਹਿ ਜਾਓ ਜੇ ਤੁਸੀਂ ਵਾਕਈ ਕਿਸਾਨਾਂ ਦੇ ਹਮਦਰਦੀ ਆ ਤਾਂ ਬਹਿ ਜਾਓ ਪਲੀਜ਼ ਬਹਿ ਜਾਓ ਬੇਨਤੀ ਆ ਸਾਡੀ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਅਸੀਂ ਬਹਿ ਜਾਓ ਪਲੀਜ਼ ਦੀਪ ਦੀ ਵਿਚਾਰ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਸੰਗਤ ਜੀਓ ਸੰਗਤ ਜੀਓ ਫਤਿਹ ਬੁਲਾਈਏ ਤੇ ਫਤਿਹ ਦੀ ਸਾਂਝ ਆਏ ਪਵੇ ਵੀ ਸਾਨੂੰ ਪਤਾ ਲੱਗੇ ਇਸ ਧਰਨੇ ਚੋਂ ਫਤਿਹ ਦੀ ਜਿਹੜੀ ਗੂੰਜ ਉਹ ਕਿੱਥੋਂ ਤੱਕ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਜਿਉਂਦੇ ਵਸਦੇ ਰਹੋ ਜੀ ਸਤਿ ਸ੍ਰੀ ਅਕਾਲ ਮੈਂ ਬੋਲਣਾ ਤਾਂ ਕੁਛ ਹੋਰ ਸੀ ਪਰ ਹੁਣ ਸ਼ੁਰੂ ਐ ਕਰਦੇ ਆ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੁੰਦੀ ਆ ਤੇ ਉੱਡਣ ਵਾਲੇ ਨੂੰ ਅਸਮਾਨ ਤੇ ਸਾਨੂੰ ਇਹ ਦੋਵੇਂ ਚਾਹੀਦੇ ਆ ਇਹ ਜਿਵੇਂ ਵੀ ਮਿਲਣਗੇ ਜਿੱਥੇ ਵੀ ਮਿਲਣਗੇ ਅਸੀਂ ਛੱਡਣੇ ਥੋੜੀ ਆ ਸੋ ਇਹ ਸੱਪ ਦੀ ਖਾਡਾ ਛੋਟਿਆ ਇੱਥੇ ਸੱਪ ਵੀ ਵੜ ਸਕਦਾ ਤੇ ਸੱਪ ਵੀ ਨਿਕਲ ਸਕਦਾ ਚੂਹੇ ਚਕਚੂੰਦਰਾਂ ਇਹਦੇ ਚ ਵੜਤਾ ਜਾਂਦੇ ਨੇ ਪਰ ਨਿਕਲ ਨਹੀਂ ਸਕਦੇ ਸੋ ਕਿਹੜੇ ਮੋਦੀ ਮਾਦੀ ਅਰਗੇ ਸਾਡੇ ਅੱਗੇ ਕੀ ਅੜਨਗੇ ਜਿੱਥੇ ਆਹ ਜਜ਼ਬਾ ਜਿੱਥੇ ਆਹ ਸੋਚ ਬੈਠੀ ਆ ਹੁਣ ਆਪਣਾ ਸਤਿ ਸ੍ਰੀ ਅਕਾਲ
ਹੁਣ ਮੈਂ ਜਿਵੇਂ ਕਿਹਾ ਮੈਂ ਬੋਲਣਾ ਤਾਂ ਕੁਝ ਹੋਰ ਸੀ ਸ਼ੁਰੂ ਆਪਾਂ ਸੰਤਾਂ ਤੋਂ ਹੀ ਕਰਦੇ ਹਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਾਡੇ ਮਹਾਨ ਸ਼ਹੀਦ ਕਿਉਂਕਿ ਇਹ ਸਾਨੂੰ ਡਰਾਉਂਦੇ ਆ ਵੀ ਤੁਸੀਂ ਉਹਨਾਂ ਸ਼ਹੀਦਾਂ ਦਾ ਨਾਂ ਤੁਸੀਂ ਆਪਦੇ ਗੁਰੂਆਂ ਦਾ ਨਾਂ ਉਹਨਾਂ ਦਾ ਫਲਸਫਾ ਉਹਨਾਂ ਦੇ ਸਿਧਾਂਤਾਂ ਦੀ ਗੱਲ ਨਾ ਕਰੋ ਇਹ ਡਰਾਉਂਦੇ ਆ ਇਹਨਾਂ ਨੂੰ ਪਤਾ ਜੇ ਉਹਨਾਂ ਦੀ ਗੱਲ ਕਰਨਗੇ ਇਹਨਾਂ ਨੇ ਸਾਨੂੰ ਜਿਉਣ ਨਹੀਂ ਦੇਣਾ ਮੁੜ ਕੇ ਸਾਡੀਆਂ ਸਰਦਾਰੀਆਂ ਜਿਹੜਾ ਅੱਜ ਸਰਕਾਰ ਸਮਝ ਰਹੀ ਹੈ ਨਾ ਵੀ ਸੱਭਿਆਚਾਰਕ ਆਰਥਿਕ ਤੇ ਸਮਾਜਿਕ ਸਰਦਾਰੀ ਦਿੱਲੀ ਦੀ ਹੋਵੇ ਤੇ ਪੰਜਾਬ ਨਹੀਂ ਬਰਦਾਸ਼ਤ ਕਰ ਸਕਦਾ ਤੁਸੀਂ ਆਰਥਿਕ ਸਰਦਾਰੀ ਲੈ ਲਓ ਬਥੇਰੀ ਲੁੱਟ ਸੁੱਟ ਕੀਤੀ ਆ ਪਹਿਲਾਂ ਸਾਡੇ ਨਾਲ ਸਾਡੇ ਲੀਡਰ ਹੀ ਲੁੱਟ ਸੁੱਟ ਕਰੀ ਗਏ ਅਸੀਂ ਐਂ ਨਹੀਂ ਇਕੱਠੇ ਹੋਏ ਸੀ ਪਰ ਜਦੋਂ ਸਾਡੀ ਸਰਦਾਰੀ ਤੇ ਆਉਂਗੇ ਸਮਾਜਿਕ ਸਰਦਾਰੀ ਤੇ ਆਉਂਗੇ ਫਿਰ ਨਹੀਂ ਅਸੀਂ ਸਹਿੰਦੇ ਫਿਰ ਪੰਜਾਬ ਹਮੇਸ਼ਾ ਆਪਦਾ ਬਾਗੀ ਪੁਣਾ ਦਿਖਾਉਂਦਾ ਇੱਕ ਬਾਗੀ ਪੁਣਾ ਅਸੀਂ 84 ਤੋਂ ਬਾਅਦ ਦਿਖਾਇਆ ਸੀ ਤੇ ਅੱਜ ਫੇਰ ਪੰਜਾਬ ਜਵਾਨ ਹੋਇਆ ਤੇ ਆ ਖੜਾ ਜਵਾਨ ਹੋਇਆ ਤੁਸੀਂ ਲਾ ਲਓ ਨਸ਼ਿਆਂ ਤੇ ਤੁਸੀਂ ਲਾ ਲਓ ਗਾਣਿਆਂ ਤੇ ਤੁਸੀਂ ਕਹਿ ਦੋ ਪੰਜਾਬ ਦੀ ਜਵਾਨੀ ਜਾਗਦੀ ਨੀ ਜਾਂ ਪੰਜਾਬ ਦੀ ਜਵਾਨੀ ਚੱਲੀ ਆ ਬਾਹਰ ਆ ਖੜੇ ਆ ਪਤੰਦਰ ਸਾਹਮਣੇ ਵਰਾ ਦੋ ਇਹਨਾਂ ਦੇ ਡਾਂਗਾਂ ਗੋਲੀਆਂ ਖੜ ਜਾਣਗੇ ਅਸੀਂ ਨਾਲ ਖੜੇ ਆ ਸੋ ਪੰਜਾਬ ਦਾ ਬਾਗੀ ਪੁਣਾ ਜਿਹੜਾ ਇਹ ਜਾ ਨਹੀਂ ਸਕਦਾ ਇਹ ਕਿਉਂ ਨਹੀਂ ਜਾ ਸਕਦਾ ਅਸੀਂ ਸਮਝਦੇ ਹਾਂ ਸਾਡਾ ਸਿਧਾਂਤ ਜਾਂ ਅਸੀਂ ਚਿਣਗ ਨਿਕਲਦੀ ਕਿੱਥੋਂ ਆ ਇਹ ਨਿਕਲਦੀ ਚਿਣਗ ਉੱਥੋਂ ਆ ਜਦੋਂ ਦਸਵੇਂ ਪਾਤਸ਼ਾਹ ਨੇ ਸਾਨੂੰ ਪਾਤਸ਼ਾਹੀ ਦਾਵਾ ਦੇ ਦਿੱਤਾ ਸੀ ਇਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਇਹ ਯਾਦ ਕਰੇ ਮੇਰੀ ਗੁਰਿਆਈ ਉਦੋਂ ਬਾਅਦ ਸਾਡੇ ਤੋਂ ਸਾਨੂੰ ਗੁਲਾਮ ਇਹ ਕਿਸੇ ਆਪਦੀਆਂ ਸਾਜ਼ਿਸ਼ਾਂ ਦੀ ਤਾਂ ਰੱਖ ਲੈਣਗੇ ਪਰ ਅਸੀਂ ਗੁਲਾਮੀ ਕਦੇ ਪ੍ਰਵਾਨ ਨਹੀਂ ਕਰਦੇ ਪ੍ਰਵਾਨ ਕਰਾ ਕੇ ਦਿਖਾ ਦੇਣ ਆ ਜਿਹੜੇ ਨਵੇਂ ਕਾਨੂੰਨ ਆਏ ਆ ਇਹ ਕੱਲਾ ਆਰਥਿਕਤਾ ਦੀ ਗੱਲ ਹੁੰਦੀ ਕੱਲੀ MSP ਦੀ ਗੱਲ ਹੁੰਦੀ ਤਾਂ ਮੈਂ ਤਾਂ ਨਹੀਂ ਇੱਥੇ ਆਉਂਦਾ ਸੀ ਪਰ ਨਾ ਤੁਸੀਂ ਆਉਂਦੇ ਸੀ ਪਰ ਗੱਲ ਸਾਡੀ ਹੋਂਦ ਤੇ ਆ ਗਈ ਆ ਹੋਂਦ ਦੀ ਜਦੋਂ ਗੱਲ ਕਰਦੇ ਹਾਂ ਸਾਡਾ ਸੱਭਿਆਚਾਰ ਸਾਡਾ ਇਤਿਹਾਸ ਸਾਡਾ ਫਲਸਫਾ ਸਾਡੀ ਮਾਂ ਬੋਲੀ ਸਾਡੇ ਪਾਣੀ ਸਾਡੀ ਹੋਂਦ ਤਾਂ ਸਾਡੀ ਧਰਤੀ ਤੇ ਪਈ ਆ ਨਾ ਸਾਡੀ ਸਿਆਸਤ ਵੀ ਸਾਡੀ ਧਰਤੀ ਨਾਲ ਜੁੜੀ ਹੋਈ ਆ ਸੋ ਜੇ ਅਸੀਂ ਆਪਦੀ ਹੋਂਦ ਦੀ ਗੱਲ ਕਰਦੇ ਹਾਂ ਫਿਰ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਅਗਲੇ ਆ ਕੇ ਪਤੰਦਰ ਖੜੇ ਹੋ ਜਾਂਦੇ ਵੀ ਆ ਜਾਓ ਬਾਈ ਭਾਈ ਦਿਆਨਵਾਨ ਇੱਕੋ ਜਿਹੀ ਆ ਹੁਣ ਕੋਈ ਨੀ ਤੁਹਾਡੇ ਕੋਲੇ ਬਥੇਰੀ ਪਾਵਰ ਹੋਊਗੀ ਪਰ ਜਿਹੜਾ ਜਜ਼ਬਾ ਅਸੀਂ ਆਪਦੇ ਅੰਦਰ ਜਿਹੜੀ ਚਿਣਗ ਆਪਦੇ ਅੰਦਰ ਲਈ ਬੈਠੇ ਹਾਂ ਉਹਨੂੰ ਕਿੱਥੋਂ ਕੱਢੋਗੇ ਸੋ ਗੱਲ ਆ ਗਈ ਆ ਸਾਡੀ ਹੋਂਦ ਦੀ ਹੁਣ ਪੰਜਾਬ ਅੱਜ ਜਿੱਥੇ ਖੜਾ ਤੁਸੀਂ ਦੇਖੋ ਜਿਹੜੀ ਸਰਕਾਰ ਨਾਲ ਅਸੀਂ ਮੱਥਾ ਲਾਈ ਬੈਠੇ ਹਾਂ ਉਹਨਾਂ ਦਾ ਹੰਕਾਰ ਉਹਨਾਂ ਦੀ ਐਰੋਗੈਂਸ ਦੇਖੀ ਉਹਨਾਂ ਚ ਐਡਾ ਵੱਡੀ ਮੈਂ ਦੇਖੋ ਤੁਸੀਂ ਅੱਜ ਤੋਂ ਪਹਿਲਾਂ ਸਰਕਾਰਾਂ ਜਦੋਂ ਤੱਕ ਕਾਂਗਰਸ ਦਾ ਰਾਜ ਰਿਹਾ ਗੱਲ ਉਹ ਵੀ ਉਹੀ ਕਰਦੇ ਸੀ ਆਪਦੀ ਸਰਦਾਰੀ ਸੱਭਿਆਚਾਰਕ ਸਰਦਾਰੀ ਵਾਸਤੇ ਵੀ ਸਮਾਜਿਕ ਤੇ ਆਰਥਿਕ ਸਰਦਾਰੀ ਵਾਸਤੇ ਵੀ ਪਰ ਉਹ ਇੰਨੇ ਖੁੱਲੇ ਰੂਪ ਚ ਨਹੀਂ ਕਰਦੇ ਸੀ ਇਹਨਾਂ ਨੇ ਤਾਂ ਜਮਾਂ ਪਾਰਗੇਟ ਰੂਪ ਚ ਹਿੰਦੂ ਰਾਸ਼ਟਰ ਵਾਲੀ ਵਿਚਾਰਧਾਰਾ ਤੇ ਹਿੰਦੂ ਰਾਸ਼ਟਰ ਦਾ ਆਪਦਾ ਜਿਹੜਾ ਇਹਨਾਂ ਨੇ ਬਣਾਉਣ ਦਾ ਆਪਦੇ ਅੰਦਰ ਜਿੱਦ ਧਾਰੀ ਬੈਠੇ ਆ ਉਹ ਸਾਡੇ ਸਾਹਮਣੇ ਰੱਖਤੀ ਇਹਨਾਂ ਨੇ ਸਾਹਮਣੇ ਰੱਖਤੀ ਹੁਣ ਸੇਧ ਕਿੱਥੋਂ ਲੈਂਦੇ ਆ ਸੇਧ ਲੈਂਦੇ ਆ ਇਹਨਾਂ ਨੂੰ ਲੱਗਦਾ ਜੇ ਅਮਰੀਕਾ ਮੁਲਕਾਂ ਦੇ ਮੁਲਕ ਤਬਾਹ ਕਰ ਸਕਦਾ ਜੇ ਚਾਈਨਾ ਵਾਲੇ ਤਿੱਬਤ ਦੇ ਸਾਰੀ ਜਮਹੂਰੀਅਤ ਜਾਂ ਉਹਨਾਂ ਦੇ ਜਿਹੜੇ ਫੰਡਾਮੈਂਟਲ ਰਾਈਟਸ ਮੌਲਿਕ ਅਧਿਕਾਰ ਲੈ ਸਕਦੇ ਆ ਜੇ ਇਜ਼ਰਾਈਲ ਉੱਥੇ ਬੈਠਾ ਜ਼ੁਲਮ ਤੇ ਜ਼ਬਰ ਕਰ ਸਕਦਾ ਗਰੀਬਾਂ ਤੇ ਨਾਲ ਲੱਗਦੇ ਮੁਲਕਾਂ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਇਹਨਾਂ ਦੀ ਸੇਧ ਉੱਥੋਂ ਆਉਂਦੀ ਆ ਕਿਉਂਕਿ ਅੱਜ ਜਿਹੜੀ ਪੂਰੇ ਵਰਲਡ ਚ ਦੁਨੀਆਂ ਚ ਇੱਕ ਜੀਓ ਪੋਲੀਟਿਕਸ ਆ ਉਹਦੇ ਚ ਜਿਹੜੀ ਇੱਕ ਲਹਿਰ ਉੱਠੀ ਹੋਈ ਆ ਜਿਹਨੂੰ ਆਪਾਂ ਅਥਾਰਟੇਰੀਅਨ ਸਿਸਟਮ ਜਾਂ ਇਹਨੂੰ ਕਹਿ ਲਓ ਕੰਜ਼ਰਵੇਟਿਵ ਇੱਕ ਲਹਿਰ ਉੱਠੀ ਹੋਈ ਆ ਇਹਨਾਂ ਨੂੰ ਲੱਗਦਾ ਵੀ ਸਾਨੂੰ ਤਾਂ ਹੁਣ ਰਾਜ ਮਿਲਿਆ ਅਸੀਂ ਨਹੀਂ ਦੇਣਾ ਹੁਣ 25-30 ਸਾਲ ਤੇ ਜਦੋਂ ਤੱਕ ਅਸੀਂ ਆਪਦਾ ਹਿੰਦੂ ਰਾਸ਼ਟਰ ਨਹੀਂ ਬਣਾ ਲੈਂਦੇ ਸਾਨੂੰ ਤਾਂ ਮੌਕਾ ਹੀ ਹੁਣ ਮਿਲਿਆ ਪਹਿਲਾਂ ਤਾਂ ਮੌਕਾ ਹੀ ਹੈਨੀ ਸੀ ਸਾਡੇ ਕੋਲੇ ਅਸੀਂ ਤਾਂ ਪਹਿਲਾਂ ਮਾਰਜਨਲਾਈਜ਼ਡ ਹੋਏ ਰਹੇ ਪਹਿਲਾਂ ਤਾਂ ਅਸੀਂ ਇੱਕ ਕਾਰਨਰ 'ਚ ਹੀ ਧੱਕੇ ਰਹੇ ਕਾਂਗਰਸ ਨੇ ਸਾਨੂੰ ਕਦੇ ਆਉਣ ਹੀ ਨਹੀਂ ਦਿੱਤਾ ਪਰ ਹੁਣ ਮਿਲਿਆ ਸਾਨੂੰ ਮੌਕਾ ਤੇ ਇਸ ਕਰਕੇ ਜਿਹੜੀ ਉਹ ਐਰੋਗੈਂਸ ਆ ਕੱਲ ਚੀਫ ਮਿਨਿਸਟਰ ਪੰਜਾਬ ਦਾ ਗਿਆ ਆਪਦੇ ਕਾਉਂਸਲ ਆਫ ਮਿਨਿਸਟਰਸ ਨੂੰ ਲੈ ਕੇ MLA ਨੂੰ ਲੈ ਕੇ ਉੱਥੇ ਗਿਆ ਤੇ ਰਾਸ਼ਟਰਪਤੀ ਉਹਨੂੰ ਮਿਲੇ ਨਾ ਇਹ ਗੱਲ ਐਡੀ ਜਲਾਲ ਤੋਂ ਉਦੋਂ ਪਹਿਲਾਂ ਸਾਡੀ ਕਿਸਾਨ ਜਥੇਬੰਦੀਆਂ ਦੇ ਲੀਡਰ ਗਏ ਉਹਨਾਂ ਨੂੰ ਕਿਵੇਂ ਜਲੀਲ ਕੀਤਾ ਇਹਨਾਂ ਨੇ ਕਿਉਂ
ਇਹ ਸਮਝਦਾ ਹੀ ਕੁਛ ਨਹੀਂ ਕਿਸੇ ਨੂੰ। ਇਹਦਾ ਐ ਮੰਨੀ ਪਏ ਆ ਵੀ ਕੋਈ ਨਹੀਂ ਪੰਜਾਬ ਉੱਠਿਆ ਆ ਬੈਠੇ ਆ ਲੋਕ ਸੜਕਾਂ ਤੇ ਇਹਨਾਂ ਨੂੰ ਤਾਂ ਜਦੋਂ ਮਰਜ਼ੀ ਢਾਲਾਂਗੇ ਅਸੀਂ ਇਹਨਾਂ ਨੂੰ ਜਦੋਂ ਅਸੀਂ ਢਾਉਣਾ ਹੋਵੇ ਚਾਹੇ ਮਿਲਟਰੀ ਲਾ ਦਈਏ ਚਾਹੇ ਆਪਦੀ ਪੈਰਾਮਿਲਟਰੀ ਫੋਰਸਿਸ ਭੇਜ ਦਈਏ ਪੁਲਿਸ ਵਾਲਿਆਂ ਨੂੰ ਕਹਿ ਦਈਏ ਇਹਨਾਂ ਤੇ ਭਰਾਵਾਂਗੇ ਡੰਡੇ ਤੇ ਇਹਨਾਂ ਨੇ ਵਰ ਜਾਣਾ ਘਰੇ। ਇਹ ਸਾਨੂੰ ਉਵੇਂ ਮਿਥ ਲੈਂਦੇ ਆ ਜਿਵੇਂ ਬਾਕੀ ਸੂਬਿਆਂ ਦਾ ਕੋਈ ਅੰਦੋਲਨ ਉੱਠਿਆ ਹੋਵੇ ਤੇ ਉਵੇਂ ਹੀ ਅਸੀਂ ਬੈਠੇ ਹੋਈਏ ਇੱਥੇ ਹੀ ਗਲਤੀ ਕਰ ਜਾਂਦੇ। ਪੰਜਾਬ ਅੱਜ ਤੱਕ ਗੋਲੀਆਂ ਤੋਂ ਡੰਡਿਆਂ ਤੋਂ ਡਰਿਆ ਕਦੇ? ਡਰਦੇ ਆ ਅਸੀਂ ਲੋ ਮੈਂ ਇਸ ਕਰਕੇ ਨਹੀਂ ਕਹਿੰਦਾ ਵੀ ਆ ਟਰਾਲੀ ਤੇ ਸਟੇਜ ਤੇ ਖੜੇ ਆ ਜਿੱਥੇ ਮਰਜ਼ੀ ਖੜਾ ਲਓ ਇੱਥੇ ਜਿਹੜਾ ਇੱਕ ਇੱਕ ਰੂਹ ਖੜੀ ਆ ਉਹ ਤਾਂ ਪੁੱਛ ਲਓ ਵੀ ਡਰਦੇ ਆ ਅਸੀਂ ਸਾਨੂੰ ਡਰਾ ਲੈਣਗੇ। ਸੋ ਗੱਲ ਜਦੋਂ ਸਾਡੀ ਹੋਂਦ ਤੇ ਆ ਸਾਡੇ ਗਲਮਿਆਂ ਨੂੰ ਹੱਥ ਪਾ ਲਿਆ ਫਿਰ ਨਹੀਂ ਸਾਡੇ ਤੋਂ ਟਿਕਿਆ ਜਾਂਦਾ। ਸਾਨੂੰ ਗੁਲਾਮੀ ਗੁਲਾਮੀ ਕੀ ਹੁੰਦੀ ਆ ਗੁਲਾਮੀ ਦਾ ਅਹਿਸਾਸ ਜਦੋਂ ਅੰਦਰ ਆਪਦੇ ਅਸੀਂ ਆਪਦੇ ਪ੍ਰਵਾਨ ਕਰ ਲਈਏ ਔਰ ਗੁਲਾਮੀ ਉਦੋਂ ਸਾਡੇ ਸਾਹਮਣੇ ਆਉਂਦੀ ਆ ਜਦੋਂ ਅਸੀਂ ਆਪਦੇ ਫੈਸਲੇ ਲੈਣ ਦਾ ਸਾਡੇ ਕੋਲੇ ਹੱਕ ਸਾਡੇ ਕੋਲੇ ਨਾ ਹੋਵੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗੱਲ ਕਿਉਂ ਨਹੀਂ ਕਰਨ ਦਿੰਦੇ? ਇਹਨੂੰ ਸੋਚੀਏ ਤਾਂ ਸਹੀ, ਉਹਨਾਂ ਨੂੰ ਪਤਾ ਵੀ ਇਹ ਉਹਨਾਂ ਸ਼ਹੀਦਾਂ ਤੋਂ ਜੇ ਸੇਧ ਲੈਣਗੇ ਪ੍ਰੇਰਣਾ ਲੈਣਗੇ ਇਹਨਾਂ ਨੇ ਫਿਰ ਸਾਡੇ ਅਗੇਂਸਟ ਉੱਠ ਕੇ ਖੜੇ ਹੋ ਜਾਣਾ। ਹੋਰ ਤਾਂ ਕੋਈ ਗੱਲ ਨਹੀਂ। ਤੁਸੀਂ ਦੇਖੋ ਜਲ੍ਹਿਆਂਵਾਲੇ ਬਾਗ ਦੀ ਐਡਾ ਵੱਡਾ ਸਾਕਾ ਹੋਇਆ 1947 ਤੱਕ ਉੱਥੇ ਅਸੀਂ ਕੋਈ ਯਾਦ ਨਹੀਂ ਬਣਾ ਸਕੇ ਕਿ ਜਿਹੜੀ ਯਾਦ ਬਣੀ ਉਹ 1947 ਤੋਂ ਬਾਅਦ ਬਣੀ। ਕਿਉਂ? ਕਿਉਂਕਿ ਉਸ ਵੇਲੇ ਦੀ ਸਰਕਾਰ ਨੂੰ ਇਹ ਪਤਾ ਸੀ ਜੇ ਇਹਨਾਂ ਨੇ ਯਾਦ ਬਣਾ ਲਈ ਤਾਂ ਯਾਦ ਤੋਂ ਇਹ ਪ੍ਰੇਰਣਾ ਤੇ ਸੇਧ ਲੈਣਗੇ ਇਹਨਾਂ ਨੇ ਸਾਡੇ ਖਿਲਾਫ ਉੱਠ ਕੇ ਖੜੇ ਹੋ ਜਾਣਾ। ਅੱਜ ਜੇ ਸੰਤਾਂ ਦੀ ਗੱਲ ਕਰਦੇ ਹਾਂ ਗੱਲ ਉੱਥੇ ਹੀ ਆ ਜਾਂਦੀ ਆ ਵੀ ਇਹ ਪ੍ਰੇਰਣਾ ਤੇ ਸੇਧ ਲੈਣਗੇ ਉਹੋ ਜਿਹੀਆਂ ਸ਼ਖਸੀਅਤਾਂ ਤੋਂ ਤੇ ਮੁੜ ਕੇ ਸਾਡੇ ਖਿਲਾਫ ਉੱਠ ਕੇ ਖੜੇ ਹੋ ਜਾਣਗੇ ਜਿਹੜੇ ਇਹ ਕਹਿ ਕੇ ਗਏ ਸੀ ਵੀ ਅਸੀਂ ਗੁਲਾਮ ਆ ਇਸ ਪੂਰੇ ਮਾਹੌਲ 'ਚ ਜਿਵੇਂ ਸਾਨੂੰ ਇਹਨਾਂ ਵਿਤਕਰਾ ਕਰਦੇ ਆ ਸਾਡੇ ਨਾਲ ਸਾਡੇ ਤੇ ਨਵੇਂ ਕਾਨੂੰਨ ਘੜਦੇ ਆ ਸਾਡੀ ਗੱਲ ਨਹੀਂ ਸੁਣਦੇ ਸਾਡੀਆਂ ਮੰਗਾਂ ਸਾਡੇ ਹੱਕ ਕੀ ਆ ਉਹ ਨਹੀਂ ਦਿੱਤੀਆਂ ਜਾਂਦੀਆਂ ਫਿਰ ਤਾਂ ਗੁਲਾਮ ਹੀ ਹੋਏ ਨਾ ਤੇ ਸਾਨੂੰ ਵਾਅਦੇ ਕਰ ਕਰ ਲੈ ਕੇ ਆਏ ਸੀ ਇਸ ਦੇਸ਼ 'ਚ ਵੀ ਤੁਸੀਂ ਤੁਹਾਡੀ ਜਮਹੂਰੀਅਤ ਤੁਹਾਡਾ ਤੁਹਾਡੀ ਕੌਮੀਅਤ ਤੁਹਾਡੀ ਵਿਲੱਖਣਤਾ ਤੁਹਾਡਾ ਸੱਭਿਆਚਾਰ ਇਹ ਸਭ ਕੁਛ ਨੂੰ ਮਾਨ ਸਨਮਾਨ ਦਿੱਤਾ ਜਾਊਗਾ ਇਹਨੂੰ ਪ੍ਰੋਟੈਕਟ ਕੀਤਾ ਜਾਊਗਾ। ਆਜ਼ਾਦ ਹੁੰਦੇ ਹੀ ਸਾਨੂੰ ਜਰਾਇਮ ਪੇਸ਼ਾ ਡਿਕਲੇਅਰ ਕਰਤਾ ਵੀ ਇਹ ਤਾਂ ਕਿਸੇ ਲਾਅ ਐਂਡ ਆਰਡਰ ਦੇ ਅਧੀਨ ਰਹਿਣ ਵਾਲੀ ਕੌਮ ਹੀ ਨਹੀਂ ਆ ਪਰ ਉਹ ਕੌਮ ਜਿਹੜੀ ਸਰਬੱਤ ਦਾ ਭਲਾ ਮੰਗਦੀ ਆ। ਅਸੀਂ ਰੋਜ਼ ਅਰਦਾਸ 'ਚ ਇੱਕੋ ਹੀ ਗੱਲ ਕਰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ। ਹੁਣ ਜਿਹੜੀ ਸਰਬੱਤ ਦਾ ਭਲਾ ਮੰਗੇ ਕੌਮ ਉਹ ਕਦੇ ਆਪਦੇ ਨਿੱਜ ਲਈ ਲੜੂਗੀ? ਉਹ ਇੱਕ ਆਪਦੇ ਖਿੱਤੇ ਲਈ ਲੜੂਗੀ? ਸਾਡਾ ਤਾਂ ਸਿਧਾਂਤ ਹੀ ਉਹ ਆ ਸਰਬੱਤ ਦੇ ਭਲੇ ਵਾਲਾ ਔਰ ਉਹ ਸਿਧਾਂਤ ਕਿੱਥੋਂ ਆਇਆ? ਮੀਰੀ ਪੀਰੀ ਦੇ ਸਿਧਾਂਤ ਨੂੰ ਦੇਖ ਲਓ ਅਕਾਲ ਤਖ਼ਤ ਸਾਹਿਬ ਇਹਦੀ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਸ ਵੇਲੇ ਇਸ ਖਿੱਤੇ ਦਾ ਜਮਰੌਤ ਤੋਂ ਲੈ ਕੇ ਸਾਡੇ ਦਿੱਲੀ ਤਾਈਂ ਰਾਜ ਐਡਾ ਵੱਡਾ ਰਾਜ ਜਿਹਦੇ ਨਾਲ ਬ੍ਰਿਟਿਸ਼ ਗਵਰਨਮੈਂਟ ਜਾਂ ਬ੍ਰਿਟਿਸ਼ ਰਾਜ ਤੇ ਫਰੈਂਚ ਰਾਜ ਸੰਧੀਆਂ ਕਰਦੇ ਸੀ ਕਿੱਡਾ ਪਾਵਰਫੁਲ ਰਾਜ ਹੋਊਗਾ ਉਸ ਵੇਲੇ ਦਾ ਰਾਜ ਤੇ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਸੀ ਉਦੋਂ ਅਕਾਲੀ ਫੂਲਾ ਸਿੰਘ ਉਹਨਾਂ ਨੇ ਸਜ਼ਾ ਲਾਤੀ ਮਹਾਰਾਜੇ ਨੂੰ ਵੀ ਤੇਰੇ 100 ਕੋੜੇ ਪੈਣਗੇ ਤੂੰ ਤੋਹੀਨ ਕੀਤੀ ਆ ਸਿੱਖ ਰਵਾਇਤਾਂ ਦੀ ਤੇ ਮਹਾਰਾਜਾ ਆਪਦਾ ਕੁੜਤਾ ਲਾ ਕੇ ਸਾਹਮਣੇ ਖੜਾ ਹੋ ਗਿਆ ਵੀ ਮਾਰ ਲਓ। ਕਿਉਂ? ਕਿਉਂਕਿ ਉਸ ਵੇਲੇ ਜਿਹੜਾ ਸਾਡਾ ਪੰਥ ਸੀ ਸਾਡੀ ਕੌਮ ਸੀ ਉਹ ਮਹਾਰਾਜਾ ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਨੂੰ ਮੰਨਦੀ ਸੀ ਪਰ ਪੰਥ ਦੀ ਅਧੀਨਗੀ ਕਿਹਦੀ ਸੀ? ਸ੍ਰੀ ਅਕਾਲ ਤਖ਼ਤ ਸਾਹਿਬ ਦੀ। ਮਹਾਰਾਜੇ ਨੂੰ ਪਤਾ ਸੀ ਇਹ ਗੱਲ ਵੀ ਕੌਮ ਅਧੀਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆ ਤੇ ਮਹਾਰਾਜਾ ਚਾਹੇ ਬੇਸ਼ੱਕ ਮੈਨੂੰ ਮੰਨਦੀ ਆ ਜੇ ਅਕਾਲ ਤਖ਼ਤ ਸਾਹਿਬ ਤੋਂ ਇਹ ਹੁਕਮਨਾਮਾ ਜਾਰੀ ਹੋ ਗਿਆ ਵੀ ਮਹਾਰਾਜੇ ਨੂੰ ਅਸੀਂ ਬੇਦਖਲ ਕਰਦੇ ਹਾਂ ਅੱਜ ਤੋਂ ਸਾਡੀ ਕੌਮ ਦਾ ਸਾਡੇ ਪੰਥ ਦਾ ਮਹਾਰਾਜਾ ਨਹੀਂ ਆ। ਮਹਾਰਾਜੇ ਦੀ ਹਿੰਮਤ ਨਹੀਂ ਸੀ ਵੀ ਉਸ ਤਖ਼ਤ ਤੇ ਬਹਿ ਸਕੇ। ਸੋ ਸਿਧਾਂਤ ਕਿੱਥੋਂ ਨਿਕਲਿਆ ਇਹ ਮੀਰੀ ਤੇ ਪੀਰੀ ਦਾ? ਉਹ ਅਕਾਲ ਤਖ਼ਤ ਸਾਹਿਬ ਦਾ ਮੀਰੀ ਤੇ ਪੀਰੀ ਦਾ ਸਿਧਾਂਤ ਕੀ ਆ? ਅਕਾਲ ਦਾ ਤਖ਼ਤ ਆ ਉਹ, ਅਕਾਲ ਦਾ ਅਕਾਲ ਪੁਰਖ ਦਾ ਤਖ਼ਤ ਆ ਜਿੱਥੋਂ ਮੀਰੀ ਕਿਰਦਾਰ ਤੇ ਸਿਆਸਤ ਨਾਲ ਸੰਬੰਧਿਤ ਆ, ਪੀਰੀ ਧਰਮ ਨਾਲ ਸੰਬੰਧਿਤ ਆ। ਇਹਦਾ ਮਤਲਬ ਸਿਆਸਤ ਕਿਹੜੀ ਹੋਵੇ? ਉਹ ਵੀ ਅਕਾਲ ਪੁਰਖ ਦੀ ਸਿਆਸਤ ਹੋਵੇ। ਧਰਮ ਕਿਹੜਾ ਹੋਵੇ? ਅਕਾਲ ਪੁਰਖ ਦਾ ਧਰਮ ਹੋਵੇ। ਸੋ ਅਸੀਂ ਇਹਦੇ ਚ
ਹੁਣ ਇਹੀ ਗੱਲ ਵਾਪਸ ਸਰਬੱਤ ਦੇ ਭਲੇ ਤੇ ਆਉਣੇ ਆ। ਜਦੋਂ ਅਕਾਲ ਪੁਰਖ ਦੀ ਸਿਆਸਤ ਕਰਨੀ ਆ, ਅਕਾਲ ਦੇ ਧਰਮ ਦੇ ਰਾਹੀਂ ਕਰਨੀ ਆ, ਉਦੋਂ ਇਕੱਲੇ ਸਿੱਖਾਂ ਲਈ ਹੋਊਗੀ? ਉਹ ਨਹੀਂ, ਉਹ ਫਿਰ ਹਿੰਦੂਆਂ ਲਈ ਵੀ ਹੋਊਗੀ, ਉਹ ਮੁਸਲਮਾਨਾਂ ਲਈ ਵੀ ਹੋਊਗੀ, ਉਹ ਦਲਿਤ ਭਰਾਵਾਂ ਲਈ ਵੀ ਹੋਊਗੀ। ਅਸੀਂ ਹਿੰਦੂ ਨੂੰ ਕਹਾਂਗੇ ਬਾਈ ਪੱਕੇ ਹਿੰਦੂ ਬਣੋ, ਤੁਹਾਡੇ ਨਾਲ ਖੜੇ ਆ, ਤੁਹਾਡੇ ਤੇ ਕਿਸੇ ਨੇ ਧੱਕਾ ਕੀਤਾ, ਤੁਹਾਡੇ ਨਾਲ ਜਬਰ ਜ਼ੁਲਮ ਕੀਤਾ, ਤੁਹਾਡੇ ਨਾਲ ਖੜੇ ਆ। ਮੁਸਲਮਾਨਾਂ ਨੂੰ ਕਹਾਂਗੇ ਪੰਜ ਨਮਾਜ਼ੀ ਪੱਕੇ ਮੁਸਲਮਾਨ ਬਣੋ, ਤੁਹਾਡੇ ਨਾਲ ਖੜੇ ਆ। ਸੋ ਸਰਬੱਤ ਦੇ ਭਲੇ ਵਾਲੀ ਕੌਮ ਨੂੰ ਇੱਕ ਪਾਸੇ ਧੱਕ ਕੇ ਵੱਖਵਾਦੀ ਆਤੰਕਵਾਦੀ ਖਾਲਿਸਤਾਨੀ ਇਹ ਤਾਂ ਡਰਾਉਂਦੇ ਆ, ਇਹ ਤਾਂ ਸਾਜਿਸ਼ਾਂ ਛੱਡਦੇ ਆ। ਸੋ ਇੱਕ ਤਾਂ ਗੱਲ ਇੱਥੇ ਆ ਕੇ ਖਤਮ ਹੁੰਦੀ ਆ, ਦੂਜੀ ਸਾਡੀ ਸਭ ਤੋਂ ਵੱਡੀ ਤਰਾਸ ਦੀ ਕੀ ਰਹੀ? ਅੱਜ ਲੋਕਾਂ ਦਾ ਸੰਘਰਸ਼ ਆ, ਹਮੇਸ਼ਾ ਬੜੇ ਸੰਘਰਸ਼ ਪੰਜਾਬ ਨੇ ਪੈਦਾ ਕੀਤੇ ਆ, ਇਹ ਗੱਲ ਆਪਾਂ ਸਮਝੀਏ। ਪੰਜਾਬ ਨੇ ਰੀਸੈਂਟ ਆਪਾਂ ਹੁਣੇ ਜੇ ਆਪਾਂ ਗੱਲ ਕਰੀਏ ਸਰਬੱਤ ਖਾਲਸਾ ਬਰਗਾੜੀ ਦਾ ਮੋਰਚਾ, ਵੱਡੇ ਵੱਡੇ ਮੋਰਚੇ ਲੱਗੇ ਆ, ਪਰ ਸਾਡੇ ਹੱਥ ਲੱਗੀ ਨਿਰਾਸ਼ਤਾ। ਕਿਉਂ? ਕਿਉਂਕਿ ਅਸੀਂ ਲੋਕਾਂ ਦਾ ਸੰਘਰਸ਼ ਪੈਦਾ ਹੁੰਦਾ, ਲੋਕਾਂ ਚ ਉਭਾਰ ਆਉਂਦਾ, ਔਰ ਉਹ ਸੰਘਰਸ਼ ਅੱਗੇ ਆਗੂਆਂ ਦੇ ਹੱਥ ਚ ਫੜਾ ਦਿੰਦੇ ਹਾਂ, ਤੇ ਉਹ ਲੋਕਾਂ ਦੇ ਸੰਘਰਸ਼ ਤੋਂ ਆਗੂਆਂ ਦਾ ਸੰਘਰਸ਼ ਬਣ ਜਾਂਦਾ, ਮੁੜ ਕੇ ਉਹ ਆਗੂਆਂ ਨੂੰ ਉੱਤੇ ਦਬਾਅ ਵੀ ਪੈਂਦਾ, ਉਹਨਾਂ ਨੂੰ ਡਰਾਇਆ ਵੀ ਜਾਂਦਾ, ਉਹਨਾਂ ਨੂੰ ਲਾਲਚ ਵੀ ਦਿੱਤੇ ਜਾਂਦੇ ਆ, ਤੇ ਉਹ ਆਗੂ ਆਪਦੇ ਹਿਸਾਬ ਨਾਲ ਆਪਦੇ ਟੀਚਾ ਆਪਦੇ ਟੀਚੇ ਮਿਥ ਲੈਂਦੇ ਆ, ਤੇ ਉਹ ਟੀਚੇ ਮਿਥ ਕੇ ਉਹਨੂੰ ਹੀ ਪ੍ਰਾਪਤੀ ਮੰਨੀ ਬੈਠੇ ਰਹਿੰਦੇ ਆ। ਜਿਵੇਂ ਬਰਗਾੜੀ ਵੇਲੇ ਹੋਇਆ, ਜਿਹੜੇ ਉਸ ਵੇਲੇ ਦੇ ਆਗੂ ਸੀ ਉਹ ਇਹ ਮੰਨਦੇ ਆ ਵੀ ਸਾਡੀ ਬਹੁਤ ਵੱਡੀ ਪ੍ਰਾਪਤੀ ਸੀ ਉਸ ਮੋਰਚੇ ਚੋਂ, ਪਰ ਕੌਮ ਜਾਂ ਲੋਕ ਇਹ ਮੰਨਦੇ ਆ ਜਾਂ ਉਹਨਾਂ ਦੇ ਹੱਥ ਨਿਰਾਸ਼ਤਾ ਲੱਗੀ ਕਿਉਂਕਿ ਆਗੂਆਂ ਨੇ ਆਪਦੇ ਟੀਚੇ ਮਿਥ ਲਏ ਸੀ। ਸੋ ਹੁਣ ਐਕ ਤੀ ਇਹ ਖਤਾ ਨਹੀਂ ਖਾਣੀ, ਤੁਸੀਂ ਲੜਾਈ ਕੀ ਲੜ ਰਹੇ ਹੋ, ਸੰਘਰਸ਼ ਕੀ ਆ, ਇਹਦਾ ਸਿਧਾਂਤ ਕੀ ਆ, ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ, ਸਾਨੂੰ ਪਤਾ ਹੋਣਾ ਚਾਹੀਦਾ। ਜੇ ਸਾਨੂੰ ਪਤਾ ਹੋਊਗਾ, ਕੱਲ ਨੂੰ ਕੋਈ ਆਗੂ ਸਾਡਾ ਕਿਤੇ ਵਿਖਿਆ, ਕਿਸੇ ਤੇ ਦਬਾਅ ਪਿਆ, ਕਿਸੇ ਲਾਲਚ ਆਇਆ, ਅਸੀਂ ਅਗਲੇ ਨੂੰ ਬੇਨਕਾਬ ਕਰਨ ਜੋਗੇ ਰਹਿੰਦੇ ਹਾਂ। ਪਹਿਲਾਂ ਅਸੀਂ ਉਹਨਾਂ ਦੇ ਪਿੱਛੇ ਲੱਗਦੇ ਰਹੇ, ਔਰ ਸਾਡੇ ਕੋਲੇ ਤਾਂ ਸਾਡੇ ਆਗੂ ਹੀ ਹੈ ਨਹੀਂ। ਅੱਜ ਤੱਕ ਪੰਜਾਬ ਉਸ ਅਕਾਲ ਪੁਰਖ ਦੀ ਸਿਆਸਤ ਖੜੀ ਨਹੀਂ ਕਰ ਸਕਿਆ। ਅਸੀਂ ਜਿਨ੍ਹਾਂ ਨੂੰ ਆਪਦੀ ਸਿਆਸਤ ਮੰਨੀ ਬੈਠੇ ਹਾਂ, ਚਾਹੇ ਉਹ ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਬੀਜੇਪੀ ਹੋਵੇ, ਆਪ ਹੋਵੇ, ਕਦੇ ਉਹਨਾਂ ਨੇ ਪੰਜਾਬ ਦੀ ਸਿਆਸਤ ਕੀਤੀ ਆ? ਜੇ ਕੀਤੀ ਹੁੰਦੀ ਤਾਂ ਅੱਜ ਮੁੱਖ ਮੰਤਰੀ ਸਾਹਿਬ ਇੱਥੇ ਬੈਠੇ ਹੁੰਦੇ, ਉਹਨਾਂ ਨੇ ਇਹ ਗੱਲ ਕਹਿਣੀ ਸੀ, ਅਸਤੀਫੇ ਜੇਬ ਦੀ ਗੱਲ ਨਹੀਂ ਆ, ਮੇਰੇ ਪੰਜਾਬ 'ਚ ਤੁਸੀਂ ਵੜ ਕੇ ਦਿਖਾਓ, ਮੈਂ ਵਿਧਾਨ ਸਭਾ 'ਚ ਮਤਾ ਪਾਉਣਾ, ਤੁਸੀਂ ਆਹ ਪੰਜਾਬ 'ਚ ਲਾਗੂ ਕਰਕੇ ਦਿਖਾਓ ਆਹ ਜਿਹੜੇ ਤਿੰਨ ਨਵੇਂ ਕਾਨੂੰਨ। ਸਾਨੂੰ ਆਗੂ ਉਹ ਚਾਹੀਦਾ ਜਿਹੜਾ ਵੋਟਾਂ ਦੀ ਰਾਜਨੀਤੀ ਦੇ ਨਾਲ ਨਾਲ ਆ ਸੰਘਰਸ਼ ਦੀ ਰਾਜਨੀਤੀ ਵੀ ਕਰ ਸਕੇ। ਕਿਉਂ? ਕਿਉਂਕਿ ਅਸੀਂ ਦਿੱਲੀ ਸਰਕਾਰ ਦੇ ਨਾਲ ਮੱਥਾ ਲਾਈ ਬੈਠੇ ਹਾਂ, ਲੜ ਰਹੇ ਹਾਂ ਦਿੱਲੀ ਸਰਕਾਰ ਨਾਲ, ਤੇ ਸਾਡੇ ਕੋਲੇ ਆਪਦੀ ਕੋਈ ਸਿਆਸੀ ਧੇਰੀ ਨਹੀਂ ਆ। 73 ਸਾਲਾਂ 'ਚ ਅਸੀਂ ਅੱਜ ਤੱਕ ਕੋਈ ਆਪਦੀ ਸਿਆਸੀ ਧੇਰੀ ਨਹੀਂ ਖੜੀ ਕਰ ਸਕੇ। ਅੱਜ ਲੋੜ ਆ ਪੰਜਾਬ ਦੇ ਲੋਕਾਂ ਨੂੰ, ਔਰ ਤੁਸੀਂ ਇਹ ਨਾ ਕਹੋ ਚੌਥਾ ਫਰੰਟ ਖੜਾ ਹੋਊਗਾ, ਅੱਜ ਲੋੜ ਆ ਤੁਹਾਨੂੰ, ਕਿਉਂਕਿ ਇੱਥੇ ਨਹੀਂ ਗੱਲ ਮੁੱਕਣੀ, ਹਰੇ ਹੋਰ ਬਥੇਰੇ ਸੰਘਰਸ਼ ਲੜਨੇ ਪੈਣੇ ਆ, ਤੇ ਪੋਲੀਟੀਕਲ ਸਟਰਗਲ ਆ ਇਹ ਸਮਝ ਲਓ। ਜੇ ਪੋਲੀਟੀਕਲ ਸਟਰਗਲ ਆ ਤਾਂ ਪੋਲੀਟੀਕਲ ਸਟਰਗਲ ਕੋਈ ਪੋਲੀਟੀਕਲ ਧੇਰੀ ਲੜ ਸਕਦੀ ਹੁੰਦੀ ਆ, ਉਸ ਖਿੱਤੇ ਦੀ ਪੋਲੀਟੀਕਲ ਧਿਰ, ਸਾਡੇ ਕੋਲੇ ਸਾਡੇ ਖਿੱਤੇ ਦੀ ਪੋਲੀਟੀਕਲ ਧੇਰੀ ਨਹੀਂ ਆ। ਕੱਢ ਲਓ ਆਪਦੇ ਚੋਂ ਜੇ ਕੱਢ ਸਕਦੇ ਹੋ ਤਾਂ। ਮੈਂ ਤਾਂ ਨਹੀਂ ਚੋਣਾਂ ਲੜਨ ਆਇਆ, ਪਰ ਮੈਂ ਗੱਲਾਂ ਜਿੰਨੀ ਮੇਰੀ ਸਮਝ ਆ ਉਸ ਹਿਸਾਬ ਨਾਲ ਕਰ ਸਕਦੇ ਹਾਂ, ਉਦੋਂ ਬਾਅਦ ਆਪਾਂ ਰਲ ਮਿਲ ਕੇ ਮੰਥਣ ਕਰੀਏ, ਬ੍ਰੇਨਸਟਾਰਮ ਕਰੀਏ, ਨਵੀਂ ਕੋਈ। ਤੁਸੀਂ ਦੇਖੋ ਪੰਜਾਬ 'ਚ ਸਾਡੇ ਕਿਸੇ ਦੇ 2 ਕਿੱਲੇ ਵੀ ਹੁੰਦੇ ਆ ਪਿੰਡ 'ਚ, ਉਹ 2 ਕਿੱਲਿਆਂ ਵਾਲਾ ਵੀ ਪੰਚੀ ਸਰਪੰਚੀ ਨੰਬਰਦਾਰ ਪਟਵਾਰੀ, ਉਹ ਇੱਕ ਸਿਆਸਤ ਜੁੜੀ ਹੁੰਦੀ ਆ ਉਹਦੀ, ਉਹਦੇ ਤੋਂ ਜਦੋਂ 2-4 ਕਿੱਲੇ ਵੀ ਚਲੇ ਜਾਂਦੇ ਆ ਉਹਦੀ ਸਿਆਸਤੀ ਨਾਲ ਖੋ ਕੇ ਲੈ ਜਾਂਦੇ ਆ। ਇਹ ਹੋਇਆ ਕਿਵੇਂ? ਹੋਇਆ ਆ ਮੋਹਾਲੀ ਏਅਰਪੋਰਟ ਬਣਿਆ, ਉੱਥੇ ਐਕਵਾਇਰ ਕੀਤੀ ਕਿਸਾਨਾਂ ਦੀ ਜ਼ਮੀਨ, ਸਾਰੀ ਸਾਰੀ ਜ਼ਮੀਨ ਐਕਵਾਇਰ ਕਰ ਲਈ, ਪਰ ਉਹ ਕਿਸਾਨ ਵੀ ਅੱਜ ਸਾਡੇ ਨਾਲ ਬੈਠੇ ਧਰਨਿਆਂ ਤੇ ਮੋਰਚਿਆਂ 'ਚ ਬੈਠੇ ਆ। ਸ਼ੰਭੂ ਵੀ ਆਉਂਦੇ ਆ, ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕਿਉਂ, ਤੁਹਾਡੇ ਕੋਲੇ ਤਾਂ ਜ਼ਮੀਨ ਹੀ ਹੈ ਨਹੀਂ। ਕਹਿੰਦੇ ਯਾਰ ਸਾਡੀ ਸਿਆਸਤ ਹੀ ਲੈ ਗਏ ਨਾਲ, ਸਾਨੂੰ ਪਤਾ ਹੀ ਨਹੀਂ ਸੀ, ਸਾਡੀ ਜ਼ਿੰਦਗੀ ਲੈ ਗਏ ਨਾਲ, ਕੱਲੀ ਜ਼ਮੀਨ ਐਕਵਾਇਰ ਨਹੀਂ ਹੋਈ, ਸਾਡੀ ਜ਼ਿੰਦਗੀ, ਸਾਡਾ ਜਿਉਣ ਦਾ ਜਿਹੜਾ ਇੱਕ ਢੰਗ ਸੀ, ਇੱਕ ਢਾਂਚਾ ਸੀ, ਉਹੀ ਨਾਲ ਚਲਾ ਗਿਆ।
ਸੋ ਜੇ ਅੱਜ ਨਵੇਂ ਕਾਨੂੰਨ ਬਣੇ ਆ ਇਹ ਸਿੰਪਲ ਜੀ ਧਾਰਨਾ ਸਮਝਣ ਵਾਲੀ ਵੀ ਜਦੋਂ ਸਾਡੇ ਤੋਂ ਆ ਕਾਰਪੋਰੇਟ ਕੰਪਨੀਆਂ ਆ ਕੇ ਸਾਡੀ ਸਾਡੀ ਜ਼ਮੀਨ ਸਾਡੀ ਧਰਤੀ ਸਾਡੇ ਤੋਂ ਲੈ ਜਾਣਗੇ ਕੰਟਰੈਕਟ ਫਾਰਮਿੰਗ ਕਰਨਗੇ ਜਾਂ ਸਾਨੂੰ ਦੱਸਣਗੇ ਕੀ ਬੀਜਣਾ ਕੀ ਕੀ ਤੁਸੀਂ ਵੱਢਣਾ ਤੇ ਸਾਡੀ ਸਿਆਸਤ ਸਾਡੀਆਂ ਰਵਾਇਤਾਂ ਸਾਡਾ ਸੱਭਿਆਚਾਰ ਸਭ ਕੁਛ ਹੀ ਨਾਲ ਤੁਰ ਚੁੱਕੇ ਸੋ ਇਸ ਕਰਕੇ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ ਸੋ ਗੱਲ ਇਕੱਲੀ ਐਮ ਐਸ ਪੀ ਦੀ ਨਹੀਂ ਆ ਗੱਲ ਸਾਡੀ ਸੱਭਿਆਚਾਰਕ ਹੋਂਦ ਦੀ ਹੈ ਸਾਡੀ ਸਮਾਜਿਕ ਹੋਂਦ ਦੀ ਹੈ ਸੋ ਜਦੋਂ ਆਪਦੀ ਹੋਂਦ ਦੀ ਲੜਾਈ ਲੜਦੇ ਹਾਂ ਉਦੋਂ ਤਾਂ ਫਿਰ ਨਿੱਜ ਤੇ ਉਦੋਂ ਆ ਪਦਾਰਥਵਾਦ ਵੀ ਮੇਰਾ ਕਿਤੇ ਖੁੱਸ ਜੇ ਮੇਰਾ ਘਰ ਨਾ ਖੁੱਸ ਜੇ ਇਹ ਚੀਜ਼ਾਂ ਤਾਂ ਛੱਡਣੀਆਂ ਪੈਂਦੀਆਂ ਇਹ ਤੋਂ ਉੱਤੇ ਉੱਠ ਕੇ ਲੜਾਈਆਂ ਲੜਨੀਆਂ ਪੈਂਦੀਆਂ ਦੇ ਨਾਲ ਸੇਧ ਬਹੁਤ ਜ਼ਰੂਰੀ ਆ ਅੱਜ ਸਾਨੂੰ ਲੋੜ ਆ 73 ਸਾਲਾਂ ਚ ਕਿਉਂਕਿ ਸਾਡੇ ਕੋਲ ਇੱਕ ਪੱਖੀ ਐਗਰੀਕਲਚਰ ਮਾਡਲ ਸਾਡਾ ਕਿਸਾਨੀ ਮਾਡਲ ਪੰਜਾਬ ਦਾ ਹੁੰਦਾ ਸੀ 1849 ਤੱਕ ਸਾਡੇ ਕੋਲ ਉਹ ਮਾਡਲ ਰਿਹਾ 1849 ਤੋਂ ਬਾਅਦ ਸਰਕਾਰ ਨੇ ਆਪਦੇ ਹਿਸਾਬ ਕਿਸਾਨੀ ਦਾ ਉਦੋਂ ਬਾਅਦ ਦਿੱਲੀ ਦੀ ਹਕੂਮਤ ਆ ਗਈ ਉਹਨਾਂ ਨੇ ਆਪਦੇ ਹਿਸਾਬ ਨਾਲ ਦਿੱਤਾ 73 ਸਾਲਾਂ ਚ ਪੰਜਾਬ ਪੰਜਾਬ ਪੱਖੀ ਪੰਜਾਬ ਕੇਂਦਰਿਤ ਕਿਸਾਨੀ ਦਾ ਮਾਡਲ ਹੀ ਨਹੀਂ ਕੱਢ ਸਕਿਆ ਅੱਜ ਸਾਨੂੰ ਅੱਗੇ ਕਾਹ ਨੂੰ ਕਿੱਧਰ ਨੂੰ ਜਾਈਏ ਹੁਣ ਸਾਰਿਆਂ ਦਾ ਇਹ ਸਵਾਲ ਲੋਕਾਂ ਨੂੰ ਜਗਾਉਣਾ ਇਕੱਲੀ ਬਹੁਤੀ ਗੱਲ ਨਹੀਂ ਹੁੰਦੀ ਜਗਾ ਕੇ ਮੁੜ ਕੇ ਅਗਲੇ ਪਾਸੇ ਕਿਸੇ ਸੇਧ ਨਾ ਦਿਓ ਉਹ ਬਾਹਲੀ ਮਾੜੀ ਗੱਲ ਮੁੜ ਕੇ ਲੋਕਾਂ ਨੂੰ ਪਤਾ ਹੀ ਨਾ ਲੱਗੇ ਕਿੱਧਰ ਨੂੰ ਤੁਰੀਏ ਸੋ ਅੱਜ ਲੋੜ ਇਹ ਆ ਵੀ ਜਿਹੜਾ ਕੁਛ 73 ਸਾਲਾਂ ਚ ਨਹੀਂ ਹੋਇਆ ਉਹ ਹੁਣ ਕਰੀਏ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਅਸੀਂ ਇੱਕ ਕ੍ਰੀਏਟ ਕਰੀਏ ਪੈਦਾ ਕਰੀਏ ਆਪਦੇ ਐਗਰੋ ਇਕਨੋਮਿਸਟ ਨੂੰ ਬਿਠਾਈਏ ਉਹਦੇ 'ਚ ਖੇਤੀਬਾੜੀ ਮਾਹਿਰਾਂ ਨੂੰ ਬਿਠਾਈਏ ਸਾਇੰਟਿਸਟਾਂ ਨੂੰ ਬਿਠਾਈਏ ਸਾਡੀ ਲੀਡਰਸ਼ਿਪ ਨੂੰ ਬਿਠਾਈਏ ਇੰਟਲੈਕਚੁਅਲ ਬੁੱਧੀਜੀਵੀਆਂ ਨੂੰ ਬਿਠਾ ਕੇ ਇੱਕ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਪੈਦਾ ਕਰੀਏ ਤੇ ਉਹਨੂੰ ਲਾਗੂ ਕਰਾਉਣ ਵਾਸਤੇ ਸਟਰਗਲ ਕਰੀਏ ਇਹ ਲੋੜ ਆ ਸਾਡੀ ਇਹ ਤੋਂ ਬਿਨਾਂ ਮਸਲੇ ਨਹੀਂ ਹੱਲ ਹੋਣੇ ਕਿਉਂਕਿ ਜੇ ਇਕੱਲੀ ਐਮ ਐਸ ਪੀ ਦੀ ਲੜਾਈ ਲੜਾਂਗੇ ਤੇ ਪਿਛਲੇ ਮਾਡਲ ਚ ਤਾਂ ਖੁਦਕੁਸ਼ੀਆਂ ਤੇ ਕਰਜ਼ੇ ਪਏ ਆ ਸੋ ਜਿਹੜੀ ਅੱਜ ਲੋੜ ਦੇ ਹਿਸਾਬ ਨਾਲ ਅਗਲੀ ਰਣਨੀਤੀ ਕੀ ਹੋਊਗੀ ਅਗਲੀ ਰਣਨੀਤੀ ਇਹ ਆ ਵੀ ਆਪਸ ਚ ਆਪਾਂ ਹੁਣ ਇਦੂ ਬਾਅਦ ਅੱਜ ਦਾ ਧਰਨਾ ਲੱਗ ਗਿਆ ਅੱਜ ਆਪਾਂ ਇਹ ਗੱਲ ਕਰ ਲਈਏ ਇਦੂ ਬਾਅਦ ਫੇਰ ਇਕੱਠੇ ਹੋਵਾਂਗੇ ਤੇ ਸਟੇਜਾਂ ਤੋਂ ਗੱਲਾਂ ਨਹੀਂ ਕਰਾਂਗੇ ਸੰਗਤ ਚ ਬਹਿ ਕੇ ਆਪਾਂ ਗੱਲਾਂ ਕਰੀਏ ਸੰਗਤ ਦੇ ਸੁਝਾਅ ਲਈਏ ਲੋਕਾਂ ਦੇ ਸੁਝਾਅ ਲਈਏ ਪੰਜਾਬ ਕੇਂਦਰਿਤ ਇੱਕ ਖੇਤੀਬਾੜੀ ਮਾਡਲ ਉਸਾਰੀਏ ਤੇ ਉਹਨੂੰ ਲਾਗੂ ਕਰਾਉਣ ਵਾਸਤੇ ਸਟਰਗਲ ਕਰੀਏ ਸੀ ਐਮ ਦੇ ਹੱਥ ਚ ਫੜਾਈਏ ਵੀ ਆਹ ਚੱਕ ਲੜ ਜੇ ਤੂੰ ਲੜ ਸਕਦਾ ਤਾਂ ਜੇ ਤੂੰ ਨਹੀਂ ਲੜ ਸਕਦਾ ਤਾਂ ਅਸੀਂ ਕਰਾਂਗੇ ਆਪਦੀ ਸਿਆਸਤ ਖੜੀ ਕਰਾਂਗੇ ਸੋ ਇੰਨੀਆਂ ਕੁ ਗੱਲਾਂ ਮੈਂ ਕਰਨੀਆਂ ਸੀ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਸਾਰਿਆਂ ਨੂੰ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਇੱਥੇ ਬੈਠੇ ਹੋ ਜਾਂ ਘਰਾਂ 'ਚ ਬੈਠੇ ਹੋ ਆਪਦਾ ਯੋਗਦਾਨ ਤੇ ਹਿੱਸਾ ਨਹੀਂ ਪਾ ਸਕਦੇ ਅਸੀਂ ਪੰਜਾਬ ਦਾ ਭਲਾ ਹੀ ਇਸ ਕੰਮ 'ਚ ਆ ਪੰਜਾਬ ਦੇ ਲੋਕਾਂ ਦਾ ਭਲਾ ਹੀ ਇਸ ਕੰਮ 'ਚ ਆ ਵੀ ਅਸੀਂ ਸੰਘਰਸ਼ 'ਚ ਰਹੀਏ ਅੱਜ ਤੱਕ ਕੌਮ ਦਾ ਅਹਿਸਾਸ ਹੀ ਨਹੀਂ ਪੈਦਾ ਕਰ ਸਕੇ ਸੀ ਅਸੀਂ ਪਰ ਇਸ ਸੰਘਰਸ਼ ਨੇ ਸਾਨੂੰ ਕੌਮੀਅਤ ਦਾ ਅਹਿਸਾਸ ਪੈਦਾ ਕਰਾਤਾ ਸੋ ਇਸ ਕਰਕੇ ਇਹ ਸਾਡੇ ਸਿਆਣੇ ਵੀ ਬਜ਼ੁਰਗ ਵੀ ਇਹ ਗੱਲਾਂ ਕਹਿੰਦੇ ਹੁੰਦੇ ਸੀ ਵੀ ਪੰਜਾਬ ਦਾ ਭਲਾ ਇਸ ਕੰਮ ਚ ਆਬੀ ਜੇ ਜਦੋਂ ਤੱਕ ਅਸੀਂ ਸੰਘਰਸ਼ ਚ ਰਹੀਏ ਤਾਂ ਸੰਘਰਸ਼ ਸਾਡਾ ਇੱਕ ਗੋਲਡਨ ਪੀਰੀਅਡ ਆ ਇਹਦੇ 'ਚ ਯੋਗਦਾਨ ਪਾਓ ਇਹਨੇ ਇਤਿਹਾਸ 'ਚ ਬੜੇ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਣਾ ਜਿਹੜਾ ਜਿਹੜਾ ਆ ਕੇ ਸਾਡੇ ਨਾਲ ਖੜ ਜੂਗਾ ਜਿਹੜਾ ਜਿਹੜਾ ਇਹਦੇ 'ਚ ਆ ਕੇ ਸ਼ਮੂਲੀਅਤ ਦੇ ਦੂਗਾ ਉਹਦਾ ਨਾਂ ਜੰਗਲ 'ਚ ਜਦੋਂ ਲੱਗੀ ਸੀ ਅੱਗ ਅੱਗ ਬੁਝਾਉਣ ਵਾਲੇ ਬੰਦਿਆਂ 'ਚ ਲਿਖਿਆ ਜਾਊਗਾ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਜਿਉਂਦੇ ਵਾਸਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ